ਲੈ ਜੀ, ਨਲਕਾ ਜਿਹੜਾ ਨਾ ਉਹ ਲੱਗਣਾ ਸਟਾਰਟ ਹੋ ਗਿਆ ਹੋਇਆ, ਔਰ ਘਰ ਇੱਕ ਵਾਰੀ ਤੁਹਾਨੂੰ ਫਿਰ ਵਿਖਾ ਦਿੰਦੇ ਹਾਂ ਕਿ ਤੁਸੀਂ ਵੇਖ ਕੇ ਦੱਸਣਾ ਕਿ ਵਾਕਿਆ ਹੀ ਮੁਸਤਕ ਹੈਨ ਕਿ ਨਹੀਂ ਹੈਨ। ਇੱਥੇ ਸਹਿਜ ਸਾਰੇ ਪੈਣ ਉਹਨਾਂ ਕੋਲ ਵੇਖ, ਇਹ ਸਹੀ ਹੈ ਟੱਪ, ਹਾਂਜੀ ਦੱਸੋ, ਇਸ ਤੋਂ ਛੋਟਾ ਸਹਿਜ ਵੀ ਖਾਬ ਹੈ। ਸ਼ੋਪਿੰਗ ਕਰਕੇ ਆਏ ਹਾਂ। ਸੁਬਹਾ ਦਾ ਟਾਈਮ ਹੈ ਔਰ ਨਾਸ਼ਤਾ ਵੀ ਕਰ ਲਿਆ, ਬੱਚਿਆਂ ਨੂੰ ਵੀ ਸਕੂਲ ਛੱਡ ਲਿਆ, ਸਾਰੇ ਕੰਮ ਜਿਹੜੇ ਨੇ ਜੀ ਸੁਬਹਾ ਸੁਬਹਾ ਵਾਲੇ ਹੋ ਗਏ। ਹੁਣ ਸਾਡਾ ਕੰਮ ਜਿਹੜਾ ਸਟਾਰਟ ਹੋ ਰਿਹਾ ਜੀ ਉਹ ਇਹ ਕਿ ਅਸੀਂ ਜਿਹੜਾ ਬੋਰ ਕਰਵਾ ਰਹੇ ਹਾਂ ਨਲਕੇ ਦੀ, ਮਿਸਤਰੀ ਉੱਥੇ ਲੱਗ ਚੁੱਕੇ ਹੋਏ ਨੇ, ਮਿਸਤਰੀ ਚਲੇ ਗਏ ਨੇ ਅਤੇ ਮੈਂ ਹੁਣ ਜਾ ਰਿਹਾ ਵਾਂ ਵਿਜ਼ਿਟ ਕਰਨ ਵਾਸਤੇ ਕਿ ਕੰਮ ਜਿਹੜਾ ਨਾ ਕਿਸ ਤਰ੍ਹਾਂ ਦਾ ਸਟਾਰਟ ਹੋ ਰਿਹਾ। ਅੱਛਾ ਜੀ, ਉੱਥੇ ਜਾ ਕੇ ਕਲਿਪਸ ਲਈ ਬੁਲਾਉਂਦੇ ਹਾਂ ਔਰ ਉਸ ਤੋਂ ਬਾਅਦ ਫਿਰ ਇੱਕ ਕੰਮ ਹੈ ਉਖਾੜੇ ਦਾ। ਉਖਾੜੇ ਦਾ ਕੰਮ ਹੈ ਇਹ ਹੈ ਕਿ ਇੱਕ ਸਾਡੀ ਬਹੁਤ ਹੀ ਪਿਆਰੀ ਸਿਸਟਰ ਨੇ ਟ੍ਰਾਂਜੈਕਸ਼ਨ ਕੀਤੀ ਹੈ ਮਿਲਾਦ ਸ਼ਰੀਫ ਵਾਸਤੇ, ਉਹ ਰਿਸੀਵ ਕਰਨੀ ਆ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿੰਨੀ ਆਈ ਆ ਔਰ ਕਿੰਨੇ ਕੀਤੀ ਆ, ਉਹ ਵੀ ਸਾਰਾ ਇਨਸ਼ਾਅੱਲਾ ਦੱਸਾਂਗੇ ਤੁਹਾਡੇ ਨਾਲ। ਔਰ ਉਸ ਤੋਂ ਬਾਅਦ ਫਿਰ ਆ ਕੇ ਮਾਮੂਲ ਦੇ ਕੰਮ ਜਿਹੜੇ ਆਉਣਗੇ ਔਰ ਬਾਕੀ ਜਿਹੜੇ ਇੰਤਜ਼ਾਮਾਤ ਕਰਨੇ ਨੇ ਮਿਲਾਦ ਸ਼ਰੀਫ ਦੇ ਉਹ ਕਰਾਂਗੇ। ਕੁਛ ਦੋ ਤਿੰਨ ਕਮੈਂਟਸ ਵੀ ਇਸ ਤਰ੍ਹਾਂ ਦੇ ਆਏ ਹੋਣੇ, ਬਹੁਤ ਜ਼ਿਆਦਾ ਹੀਟਡ ਕਮੈਂਟ ਹੈਗੇ ਨੇ, ਉਹਨਾਂ ਦਾ ਵੀ ਜਵਾਬ ਦੇਣਾ ਇਨਸ਼ਾਅੱਲਾ, ਉਹ ਵੀ ਦੇਣੇ ਆ ਅੱਗੇ ਆ ਕੇ। ਅਲਹਮਦੁਲਿਲਾ ਜੀ, ਲੋਕੇਸ਼ਨ 'ਤੇ ਜਿਹੜਾ ਨਾ ਮੈਂ ਪਹੁੰਚ ਗਿਆ ਹੋਇਆ ਔਰ ਬਾਈ ਹੋਰੀ ਜਿਹੜੇ ਨਾਲ ਲੱਗੇ ਹੋਏ ਨੇ ਫਿਲਹਾਲ ਹਾਲੇ ਤੀਕਰ। ਇਹਨੂੰ ਕੀ ਕਹਿੰਦੇ ਨੇ, ਛਪੱਕਾ, ਇਹਨੂੰ ਛਪਕਾ ਕਹਿੰਦੇ ਨੇ ਜੀ। ਇਹ ਛਪਕਾ ਹਾਲੇ ਤੀਕਰ ਲੱਗਦਾ ਪਿਆ, ਇਹਦੇ ਨਾਲ ਤਕਰੀਬਨ 40-45-50 ਵੀ ਇਹਨਾਂ ਨੂੰ ਕਰਨੀ ਪੈਂਦੀ ਹੈ ਮੇਰੇ ਖਿਆਲ। ਕਿੱਥੇ ਜਾ ਕੇ ਤੁਸੀਂ ਬੋਕੀ ਸ਼ੁਰੂ ਕਰਦੇ ਹੋ? 50 ਤੇ ਤਕਰੀਬਨ ਸੇਮ ਤੱਕ ਜਿੱਤ। ਅੱਛਾ ਅੱਛਾ, ਜਿੱਥੇ ਮਤਲਬ ਮਿੱਟੀ ਗਿੱਲੀ, ਜ਼ਿਆਦਾ ਗਿੱਲੀ ਸ਼ੁਰੂ ਹੋ ਜਾਵੇ ਉੱਥੇ। ਹਾਂ ਠੀਕ ਹੋ ਗਿਆ, ਉਨੀ ਦੇਰ ਇਹਨਾਂ ਨੇ ਨਾ ਇਸੇ ਛਪੱਕੇ ਨਾਲ ਹੀ ਮਿੱਟੀ ਕੱਢਣੀ ਹੈ ਜੀ, ਔਰ ਉਸ ਤੋਂ ਬਾਅਦ ਫਿਰ ਉਹ ਬੋਕੀ ਪੈਪ ਵਗੈਰਾ ਲਾ ਕੇ ਨਾ ਤੇ ਫਿਰ ਉਹਦੇ ਨਾਲ ਕਰਨਗੇ। ਉਹ ਵਾਲੀ ਇਹਨਾਂ ਦੀ ਮਸ਼ੀਨ ਪਈ ਹੋਈ ਹੈ ਜੀ, ਉਹਦੇ ਨਾਲ ਫਿਰ ਜਿਹੜੇ ਨਾ ਇਹਨਾਂ ਨੇ ਬੋਰ ਕਰਨੀ ਹੈ। ਖਾਲਾ ਵੀ ਕਹਿ ਰਹੇ ਸਨ ਕਿ ਇਹ ਵਾਲਾ ਜਿਹੜਾ ਖੁਰਾ ਹੈ ਨਾ, ਇਹ ਵੀ ਅਗਰ ਸਾਨੂੰ ਤੁਸੀਂ ਥੋੜ੍ਹਾ ਜਿਹਾ ਰਿਪੇਅਰ ਕਰਵਾ ਦਿਓ ਤਾਂ ਬੜੀ ਮਿਹਰਬਾਨੀ ਹੋ ਸੀ। ਇਹ ਵਾਲਾ ਖੁਰਾ ਸਾਰਾ ਨਾ ਟੁੱਟਿਆ ਹੋਇਆ, ਪਾਣੀ ਥੱਲੇ ਲੈ ਜਾਂਦਾ, ਔਰ ਇਹ ਵਾਲਾ ਵਾਸ਼ਰੂਮ ਜਿਹੜਾ ਨਾ ਇਹਦੀ ਅਗਰ ਕੁਛ 4 ਇੱਟਾਂ ਉੱਤੇ ਹੋਰ ਲਵਾ ਕੇ ਅਤੇ ਇਹਦੀ ਛੱਤ ਪਵਾ ਦਿਓ। ਅਤੇ ਮੈਂ ਕਿਹਾ ਵੀ ਚਲੋ ਇਨਸ਼ਾਅੱਲਾ ਜਿਹੜਾ ਨਾ ਇਹ ਕੋਸ਼ਿਸ਼ ਕਰਾਂਗੇ, ਅਗਰ ਇਹ ਆ ਗਿਆ ਬਜਟ ਤਾਂ ਫਿਰ ਇਹ ਵੀ ਕਰਵਾ ਦਿਆਂਗੇ, ਨਹੀਂ ਤਾਂ ਫਿਰ ਜਿਹੜਾ ਹੁੰਦਾ ਪਿਆ ਉਹ ਤਾਂ ਮਾਸ਼ਾਅੱਲਾ ਅਸੀਂ ਮੁਕੰਮਲ ਕਰਵਾ ਕੇ ਅਤੇ ਚਲਾ ਕੇ ਸਾਰਾ ਪਾਣੀ ਛਾਣੀ ਕੱਢ ਕੇ ਅਤੇ ਉਹ ਮੁਕੰਮਲ ਕਰਨਾ ਇਨਸ਼ਾਅੱਲਾ। ਅਲਹਮਦੁਲਿਲਾ ਜੀ, ਨਲਕਾ ਜਿਹੜਾ ਨਾ ਉਹ ਲੱਗਣਾ ਸਟਾਰਟ ਹੋ ਗਿਆ ਹੋਇਆ, ਔਰ ਘਰ ਇੱਕ ਵਾਰੀ ਤੁਹਾਨੂੰ ਫਿਰ ਵਿਖਾ ਦਿੰਦੇ ਹਾਂ ਕਿ ਤੁਸੀਂ ਵੇਖ ਕੇ ਦੱਸਣਾ ਕਿ ਵਾਕਿਆ ਹੀ ਮੁਸਤਕ ਹੈਨ ਕਿ ਨਹੀਂ ਹੈਨ। ਮੀਟਰ ਉਹਨਾਂ ਦਾ ਲੱਗਿਆ ਹੋਇਆ ਸੀ, ਮੀਟਰ ਉਹਨਾਂ ਨੇ ਪਹਿਲੇ ਕਿਸੇ ਲਵਾਇਆ ਹੋਇਆ ਸੀ, ਔਰ ਉਸ ਤੋਂ ਬਾਅਦ ਬਿਜਲੀ ਉਹਨਾਂ ਦੀ ਚੱਲਦੀ ਪਈ ਹੈ, ਇਹ ਨਹੀਂ ਕਿ ਬਿਜਲੀ ਤੋਂ ਮਹਿਰੂਮ ਨੇ, ਬਿਜਲੀ ਉਹਨਾਂ ਦੀ ਚੱਲਦੀ ਪਈ ਹੈ ਅਤੇ ਬਾਕੀ ਉਹਨਾਂ ਦਾ ਸਿਸਟਮ ਜਿਹੜਾ ਨਾ ਇਸ ਕਾਬਿਲ ਨਹੀਂ ਹੈ ਕਿ ਉਹ ਮਤਲਬ ਇਤਨਾ ਕੁਛ ਕਰ ਸਕਣ। ਪੁੱਤਰ ਹੈ ਕੋਈ ਨਹੀਂ, ਸਿਰਫ ਦੀਆਂ ਹੀ ਦੀਆਂ ਨੇ, ਔਰ ਬਾਬਾ ਜਿਹੜਾ ਤੁਹਾਨੂੰ ਵਿਖਾਇਆ ਸੀ ਪਿਛਲੀ ਵੀਡੀਓ 'ਚ, ਹੁਣ ਵੀ ਉਹ ਉੱਧਰ ਲੱਗਾ ਫਿਰਦਾ, ਸ਼ਾਇਦ ਇੱਥੋਂ ਕੈਮਰਾ ਜਿਹੜਾ ਨਾ ਜ਼ੂਮ ਵਿਖਾ ਸਕੇ ਤੁਹਾਨੂੰ ਕਿ ਨਹੀਂ, ਉਹ ਖੋਤੀ ਦੇ ਕੋਲ ਖੜਾ। ਅਤੇ ਬਸ ਉਹ ਹੀ ਥੋੜ੍ਹਾ ਬਹੁਤ ਘਰ ਦੇ ਅੰਦਰ ਜਿਹੜਾ ਨਾ ਮਾਲ ਡੰਗਰ ਅੱਗੇ ਪਿੱਛੇ ਕਰ ਲਵੇ, ਥੋੜ੍ਹਾ ਬਹੁਤ ਕਰ ਸਕਦਾ, ਬਾਕੀ ਕੁਛ ਵੀ ਨਹੀਂ ਕਰਦਾ। ਇੱਕ ਇਹਨਾਂ ਦਾ ਜਵਾਈ ਉਹ ਮੇਰੇ ਕੋਲ ਮਾਲ ਡੰਗਰ ਦਾ, ਜਾਂ ਫਿਰ ਕੁੜੀਆਂ ਆਪ ਹੀ ਕਰਦੀਆਂ ਨੇ, ਅਤੇ ਇਹ ਵਾਲੀ ਬੋਰ ਜਿਹੜੀ ਇਹਨਾਂ ਜੋਨ ਲੱਗਦੀ ਪਈ, ਔਰ ਬਾਕੀ ਇਹ ਖੁਰੇ ਦਾ ਵੀ ਅਗਰ ਹੋ ਗਿਆ, ਵਾਸ਼ਰੂਮ ਦਾ ਵੀ ਹੋ ਗਿਆ, ਤਾਂ ਉਹ ਵੀ ਫਿਰ ਇਨਸ਼ਾਅੱਲਾ ਕਰਵਾਵਾਂਗੇ। ਮੈਂ ਤਾਂ ਹੁਣ ਬੰਦਿਆਂ ਨੂੰ ਲਾ ਕੇ ਨਾ ਅਤੇ ਵਾਪਸ ਜਾਂਦਾ ਪਿਆ, ਕਿਉਂਕਿ ਇੱਕ ਤਾਂ ਬੱਚਿਆਂ ਦਾ ਵੀ ਸਕੂਲ ਦਾ ਟਾਈਮ ਹੈ ਨੇੜੇ ਆਇਆ ਖੜਾ, ਔਰ ਦੂਸਰੇ ਨੰਬਰ 'ਤੇ ਸ਼ਹਿਰ ਵੀ ਜਾਣਾ, ਔਰ ਬੇਗਮ ਨਾਲ ਜਾਣਾ ਹੈ, ਅਤੇ ਫਿਰ ਤਾਂ ਜਾਵਾਂਗਾ ਮੈਂ, ਬੱਚਿਆਂ ਨੂੰ ਘਰ ਛੱਡ ਕੇ ਫਿਰ ਜਾਵਾਂਗਾ।
ਔਰ ਅਗਰ ਇਕੱਲੇ ਨੂੰ ਜਾਣਾ ਪਿਆ ਤਾਂ ਫਿਰ ਮੈਂ ਹੁਣੇ ਨਿਕਲ ਜਾਣਾ ਕਿਉਂਕਿ ਫਿਰ ਮੇਰਾ ਥੋੜ੍ਹੇ ਟਾਈਮ ਦਾ ਕੰਮ ਹੈ, ਮੈਂ ਵਾਪਸ ਆ ਜਾਣਾ ਬੱਚਿਆਂ ਦੇ ਸਕੂਲ ਦਾ ਟਾਈਮ ਨੂੰ, ਅਗਰ ਬੇਗਮ ਨਾਲ ਜਾਂਦੀ ਹੈ ਤਾਂ ਫਿਰ ਸਾਨੂੰ ਤਾਂ ਤਕਰੀਬਨ ਘੰਟਾ ਕੁ ਲੱਗ ਜਾਏਗਾ, ਫਿਰ ਜਾਵਾਂਗੇ ਬੱਚਿਆਂ ਨੂੰ ਘਰ ਛੱਡ ਕੇ, ਘਰ ਪਹੁੰਚਦੇ ਹਾਂ ਸਾਰੀ ਸਿਚੁਏਸ਼ਨ ਦਾ ਜਿਹੜਾ ਜੀ ਜਾਇਜ਼ਾ ਲੈਂਦੇ ਹਾਂ, ਫਿਰ ਜਿਹੜਾ ਨਾ ਫੈਸਲਾ। ਅਲਹਮਦੁਲਿਲਾ ਜੀ, ਬੋਰ ਜਿਹੜੀ ਹੈ ਨਾ ਉਹ ਸ਼ੁਰੂ ਹੋ ਗਈ ਹੋਈ ਹੈ, ਹੁੰਦੀ ਪਈ ਹੈ ਅਲਹਮਦੁਲਿਲਾ। ਅੱਲਾਹ ਤਾਲਾ ਨੇ ਇਹ ਇਜ਼ਾਜ਼ ਵੀ ਤੁਹਾਡੇ ਭਾਈ ਨੂੰ ਬਖਸ਼ਿਆ, ਸਾਡੀ ਬਹੁਤ ਹੀ ਪਿਆਰੀ ਸਿਸਟਰ ਫੈਸਲਾਬਾਦ ਤੋਂ ਉਹਨਾਂ ਨੇ ਇਨੀਸ਼ੀਏਟ ਲਿਆ ਹੋਇਆ, ਔਰ ਉਹਨਾਂ ਨਾਲ ਸਾਡੀ ਬਾਹਰ ਦੀ ਜਿਹੜੀ ਹੈ ਨਾ ਓਵਰਸੀਜ਼ ਪਾਕਿਸਤਾਨੀ ਕਮਿਊਨਿਟੀ ਉਹ ਅਟੈਚ ਹਨ, ਉਹਨਾਂ ਦੇ ਥਰੂ ਇਹ ਜਿਹੜਾ ਫਲਾਈ ਨਲਕੇ ਨਾ ਜੀ ਇਹ ਲੱਗਦੇ ਪਹਿਲੇ। ਠੀਕ ਹੈ ਜੀ, ਅਲਹਮਦੁਲਿਲਾ ਮੇਰੇ ਅਜ਼ਾਦ 'ਚ ਇਹ ਗੱਲ ਹੈ ਕਿ ਮੈਨੂੰ ਉਹਦੀ ਰਖਵਾਲੀ ਦਾ ਜਾਂ ਮਤਲਬ ਨਿਗਹਿਬਾਨੀ ਦਾ ਜਿਹੜਾ ਨਾ ਜੀ ਉਹ ਮਤਲਬ ਇਜਾਜ਼ ਸਮਝ ਲਓ, ਮੈਂ ਤਾਂ ਇਜਾਜ਼ ਹੀ ਕਹਾਂਗਾ ਕਿ ਕੋਈ ਵੀ ਅਗਰ ਨੇਕੀ ਦਾ ਕੰਮ ਹੈ ਉਹਦੀ ਅਗਰ ਤੁਸੀਂ ਨਿਗਹਿਬਾਨੀ ਕਰਦੇ ਉਹਨਾਂ ਦੀ, ਇਹ ਵੀ ਇੱਕ ਇਜਾਜ਼ ਵਾਲੀ ਗੱਲ ਹੁੰਦੀ ਹੈ। ਠੀਕ ਹੈ ਜੀ, ਉਹ ਅਲਹਮਦੁਲਿਲਾ ਲੱਗਦਾ ਪਿਆ ਜੀ। ਹੁਣ ਤੁਹਾਡੇ ਨਾਲ ਮੈਂ ਇਹ ਗੱਲ ਕਰੂੰਗਾ ਵੀ ਸਾਢੇ 11 ਹੋ ਗਏ ਨੇ ਤਕਰੀਬਨ, ਸਾਢੇ 11 ਤੋਂ ਉੱਤੇ ਟਾਈਮ ਹੋ ਗਿਆ, ਹੁਣ ਉਕਾੜੇ ਜਾਣਾ ਵਾ, ਬੱਚਿਆਂ ਨੂੰ ਲਿਆ ਕੇ ਜਾਵੀਏ ਜਾਂ ਫਿਰ ਆਪਾਂ ਪਹਿਲੇ ਬੇਚੈਨੀ ਬਣੀ ਰਹਿੰਦੀ ਹੈ। ਠੀਕ ਹੋ ਗਿਆ ਜੀ, ਮੇਰੀ ਜਾਨ ਮੇਰੀ ਜਾਨ। ਹਾਂਜੀ ਹਾਂਜੀ, ਸ਼ੇਰੂ ਕੋਲ ਜਾਣਾ, ਕੱਲ੍ਹ ਜਾਣਾ ਆਪਾਂ, ਅੱਜ ਨਹੀਂ ਜਾਣਾ ਕੱਲ੍ਹ ਜਾਣਾ, ਅਤੇ ਫਿਰ ਬੱਚਿਆਂ ਨੂੰ ਲਿਆ ਕੇ ਜਾਈਏ 1:30 ਵਜੇ। ਹਾਂ ਨਹੀਂ ਜਾਣੇ ਪੈਣਗੇ, ਠੀਕ ਹੋ ਗਿਆ ਠੀਕ ਹੋ ਗਿਆ। ਚਲੋ ਮੈਂ ਇਹ ਨਾ ਮੈਂ ਰਸਤੇ 'ਚ ਵੀ ਇਹ ਗੱਲ ਕਰਦਾ ਪਿਆ ਸੀ ਕਿ ਬੇਗਮ ਕੋਲੋਂ ਸਿਚੁਏਸ਼ਨ ਦਾ ਜਿਹੜਾ ਨਾ ਜੀ ਉਹ ਜਾਇਜ਼ਾ ਲਵਾਂਗੇ, ਵੀ ਹੁਣ ਅਗਰ ਜਾਵਾਂ ਨਾ ਮੈਂ ਇਕੱਲਾ ਤਾਂ ਜਾਣਾ ਹੁੰਦਾ ਨਾ, ਤਾਂ ਮੈਂ ਤਾਂ ਫਿਰ ਮੈਨੂੰ ਥੋੜ੍ਹਾ ਜਿਹਾ ਕੰਮ ਹੈ, ਛੋਟਾ ਜਿਹਾ ਕੰਮ ਹੈ, ਮੈਂ ਕਰਕੇ ਜਲਦੀ ਵਾਪਸ ਆ ਜਾਣਾ, ਲੇਕਿਨ ਅਗਰ ਬੇਗਮ ਨਾਲ ਜਾਵੇ ਨਾ ਤਾਂ ਫਿਰ ਸਾਨੂੰ ਤਕਰੀਬਨ ਉੱਥੇ 2 ਘੰਟੇ 1.5 ਘੰਟਾ ਲੱਗ ਜਾਣਾ, ਅਤੇ ਇਸ ਵਜ੍ਹਾ ਤੋਂ ਹੋਰ ਕੋਈ ਚੀਜ਼ ਨਹੀਂ। ਮੈਂ ਕਿਹਾ ਚਲ ਮਿਲਾ ਸਾਨੂੰ 2 ਹੈਗੇ, ਇੱਕ ਆਪੀ ਉਹਨਾਂ ਦਾ ਕੱਲ੍ਹ ਅਸੀਂ ਜਾਣਾ, ਇੱਕ ਸਾਨੂੰ ਆਪਣਾ, ਮੈਂ ਚਲ ਸੁਣਿਆ ਦਾ ਦਿਨ ਇੱਕ ਜੁੱਤੀ ਅਤੇ ਇੱਕ ਸੂਟ ਲੈ ਲਵੇ, ਬਾਕੀ ਜਿਹੜੇ ਬੱਚੇ ਦੇ ਕੱਪੜੇ ਰਾਹ ਲੈਂਦੇ ਹਾਂ। ਪਹਿਲਾ ਬਜ਼ਾਰੀ ਸੂਟ ਹੈ ਬੇਗਮ ਕਹਿ ਰਹੀ ਅਸੀਂ ਲੈਣੀ ਹੈ, ਔਰ ਜੁੱਤੀ ਵੀ ਹੁੰਦੀ ਪਹਿਲੀ ਲੈਣੀ ਹੈ, ਇਨਸ਼ਾਅੱਲਾ ਪਹਿਲੀ ਸ਼ੋਪਿੰਗ ਜਿਹੜੀ ਹੈ ਨਾ ਉਹ ਹੈ ਸੁਨੈਣ ਇੱਧਰ ਦੀ ਅਸੀਂ ਕਰਨੀ ਹੈ, ਅਤੇ ਉਹਦੇ ਵਾਸਤੇ ਹੁਣ ਜਿਹੜਾ ਨਾ ਜੀ ਟਾਈਮ ਅਸੀਂ ਰੱਖਦੇ ਹਾਂ ਤਕਰੀਬਨ 1:30 ਵਜੇ ਬੱਚੇ ਆਉਣਗੇ, ਬੱਚਿਆਂ ਨੂੰ ਘਰ ਛੱਡ ਕੇ ਨਾ, ਅਤੇ ਫਿਰ ਅਸੀਂ ਇੱਥੋਂ ਨਿਕਲਾਂਗੇ ਇਨਸ਼ਾਅੱਲਾ। 2 hours later ਵੈਲਕਮ ਬੈਕ ਜੀ, 2 ਘੰਟਿਆਂ ਤੋਂ ਬਾਅਦ ਬੱਚਿਆਂ ਦੇ ਸਕੂਲ ਦਾ ਟਾਈਮ ਹੋ ਗਿਆ, ਫੌਰਨ ਬੱਚਿਆਂ ਨੂੰ ਲੈ ਕੇ ਆਉਂਦੇ ਹਾਂ। ਚਲੋ ਜੀ, ਵਾਹ ਬਈ ਵਾਹ, ਕਿਆ ਬਾਤ ਹੈ ਬਈ, ਬੜੀਆਂ ਗਰੀਆਂ ਸ਼ਰੀਆਂ ਪਾਈਆਂ ਹੋਈਆਂ ਨੇ, ਹੈ ਬੜੀਆਂ ਗਰੀਆਂ ਸ਼ਰੀਆਂ ਪਾਈ, ਤੈਮ ਤਾਂ ਦੱਸ ਤੈਮ ਕੀ ਹੋਇਆ, ਮਿਲ ਮੁਕਰੇ ਨਾ ਇਹਦੇ ਇੱਧਰ ਤੋਂ ਬਾਅਦ, ਤੈਮ ਕਿਆ ਹੋਇਆ, ਤੈਮ ਕਿਆ ਹੋਇਆ, ਕਿਆ ਤੈਮ ਹੋਇਆ, ਸਾਰਾ ਟਾਈਮ ਹੋ ਗਿਆ। ਚਲੋ ਠੀਕ ਹੈ ਜੀ, ਮਾਸ਼ਾਅੱਲਾ ਬੱਚੇ ਜਿਹੜੇ ਨੇ ਜੀ ਸਕੂਲੋਂ ਆ ਗਏ ਨੇ, ਤੁਹਾਡੇ ਦੇਖ ਰਹੇ ਨੇ ਯੂਨੀਫਾਰਮ ਨਹੀਂ ਚੇਂਜ ਕੀਤੇ, ਚਲੋ ਬੇਟਾ ਯੂਨੀਫਾਰਮ ਚੇਂਜ ਕਰੋ। ਔਰ ਇੱਧਰ ਮਾਸ਼ਾਅੱਲਾ ਬੇਗਮ ਸਾਹਿਬਾ ਜਿਹੜੀ ਹੈ ਨਾ ਜੀ ਉਹ ਬਣਾ ਰਹੀ ਹੈ ਸ਼ਿਕਵੰਜੀ, ਆਪਣੇ ਨਿੱਬੂ ਜਿਹੜੇ ਨਾ ਜੀ ਅਸੀਂ ਤੋੜਾਂਗੇ, ਹੋ ਗਏ ਹੋਏ ਨੇ ਸਾਡੇ ਆਪਣੇ ਜਿਹੜੇ ਨਾ ਨਿੰਬੂ ਦੇ ਬੂਟੇ ਤੋਂ ਅਸੀਂ ਨਿੰਬੂ ਲਾਵਾਂਗੇ ਜੀ, ਰਹਿਣ ਵੀ ਉੱਤੇ ਕੋਈ ਨਹੀਂ, ਉਹ ਥੱਲੇ ਵੀ ਇੱਕ ਵੱਡਾ ਸਰ ਰੱਖਣਾ, ਇਹ ਵੀ ਉੱਤੇ ਵੀ ਹੈ, ਉੱਤੇ ਛੋਟੇ ਨੇ ਹਲੇ, ਹਲੇ ਹੈਨ ਸਬਜ਼ ਜੀ ਨਹੀਂ, ਜਿਹੜੇ ਇਸ ਤਰ੍ਹਾਂ ਨਰਮ ਲੱਗਦੇ ਨੇ ਇਸ ਤਰ੍ਹਾਂ, ਹਾਂ ਉਹਨਾਂ 'ਚ ਪਾਣੀ ਫਿਰ ਹੋ ਜਾਂਦਾ ਹੈ। ਚਲੋ ਆਪਕੋ ਮਿਲਾ ਕੋਈ, ਇਹ ਨਾ ਜ਼ਮੀਨ ਦਾ ਫਰਕ ਹੈ, ਵਰਨਾ ਜਿਤਨਾ ਪੌਦਾ ਇਹਨੂੰ ਅਰਸਾ ਹੋ ਗਿਆ ਨਾ, ਉਹਨੂੰ ਇੰਝ ਭਰਿਆ ਹੋਇਆ ਹੋਣਾ ਸੀ ਨਿੰਬੂਆਂ ਦਾ,
ਇੱਥੇ ਦੀ ਜ਼ਮੀਨ ਦਾ ਫਰਕ ਹੈ ਜੀ। ਇਹ ਹਾਲੇ ਵੀ ਮਾਲਟੇ ਵੀ ਇੰਨੇ ਖਾਸ ਨਹੀਂ ਗਰੋ ਕਰਦੇ ਪਏ, ਅਨਾਰ ਨੇ ਵੀ ਕੋਈ ਇੰਨਾ ਜ਼ਿਆਦਾ ਗਰੋ ਨਹੀਂ ਕੀਤਾ, ਸਾਲ ਹੋ ਗਿਆ ਇਹਨੂੰ ਲੱਗੇ ਉਹਨੂੰ, ਅਤੇ ਇਹ ਹਾਲੇ ਵੀ ਇੰਨੇ ਜ਼ਿਆਦਾ ਗਰੋ ਨਹੀਂ ਕਰਦੇ ਪਏ। ਇਹ ਮਿੱਟੀ ਜਿਹੜੀ ਹੈ ਨਾ ਬੜੀ ਆਊਟ ਕਲਾਸ ਜੀ ਮਿੱਟੀ ਹੈ। ਚਲੋ ਜੀ, ਬਸ ਬੜੇ ਨੇ ਇੰਨੇ ਕਾਫੀ ਨੇ, ਇਨਸ਼ਾਅੱਲਾ ਉੱਥੇ ਸਾਰੇ ਪੌਦੇ ਲਾਉਣੇ, ਸਾਰੇ ਪੌਦੇ ਲਾਉਣੇ ਨੇ। ਮੈਂ ਉੱਥੇ ਹਰ ਤਰ੍ਹਾਂ ਦਾ ਫੁੱਲ ਲਾਉਣਾ ਵਾ, ਹਰ ਤਰ੍ਹਾਂ ਦਾ ਪੌਦਾ ਵੀ ਲਾਉਣਾ ਵਾ ਇਨਸ਼ਾਅੱਲਾ। ਉੱਥੇ ਫਰੂਟ ਹਰ ਤਰ੍ਹਾਂ ਦਾ ਹੋਏਗਾ, ਫਲ ਹਰ ਤਰ੍ਹਾਂ ਦਾ ਹੋਏਗਾ, ਔਰ ਉਸ ਤੋਂ ਇਲਾਵਾ ਸਬਜ਼ੀ ਵੀ ਮੌਸਮ ਦੇ ਲਿਹਾਜ਼ ਨਾਲ ਹਰ ਤਰ੍ਹਾਂ ਦੀ ਸਬਜ਼ੀ ਵੀ ਅਸੀਂ ਜਿਹੜੀ ਹੈ ਨਾ ਉੱਥੇ ਲਾਵਾਂਗੇ। ਥੋੜ੍ਹਾ ਥੋੜ੍ਹਾ ਹਿੱਸਾ ਬਣਾਵਾਂਗੇ ਚੀਜ਼ਾਂ ਦਾ, ਲੇਕਿਨ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਹ ਲਾਵਾਂਗੇ ਇਨਸ਼ਾਅੱਲਾ। ਬਿਹਤਰੀਨ ਤਰੀਕੇ ਨਾਲ ਉੱਥੇ ਕੰਮ ਕਰਨਾ ਵਾ, ਬਾਕੀ ਜਿੰਨੇ ਮਾਡ ਹਾਊਸ ਵਾਲੇ ਕੰਮ ਕਰਦੇ ਪਏ ਉਹਨਾਂ ਸਾਰਿਆਂ ਤੋਂ ਡਿਫਰੈਂਟ ਆਪਾਂ ਕੰਮ ਕਰਨਾ ਹੈ। ਬਸ ਦੁਆ ਕਰੋ ਕਿ ਮੈਂ ਉੱਥੇ ਤੀਕਰ ਪਹੁੰਚਾਂ ਜ਼ਰੂਰ ਇੱਕ ਵਾਰੀ। ਮੇਰਾ ਖਾਬ ਹੈ, ਮੇਰਾ ਡਰੀਮ ਹੈ, ਲੋਕਾਂ ਦੇ ਡਰੀਮ ਕਾਰ, ਕੋਠੀਆਂ, ਬੰਗਲੇ, ਮੇਰਾ ਡਰੀਮ ਹੈ ਕਿ ਮੈਂ ਇੱਕ ਵਿਲੇਜ ਪੁਆਇੰਟ ਜਿਹੜਾ ਨਾ ਖੂਬਸੂਰਤ ਬਣਾਵਾਂ, ਫਿਰ ਰੋਜ਼ੀ ਅੱਲਾਹ ਤਾਲਾ ਆਪੇ ਦੇਗਾ। ਲੋਕੋ ਪਾਣੀ ਜਿਹੜਾ ਨਾ ਜੀ ਬਣ ਗਿਆ ਹੋਇਆ, ਪਾਣੀ ਪੀਂਦੇ ਹਾਂ ਔਰ ਫਿਰ ਨਿਕਲਦੇ ਹਾਂ ਸ਼ਹਿਰ ਵੱਲ। ਇਹ ਸਮਾਨ ਵੀ ਜਿਹੜਾ ਨਾ ਤੁਸੀਂ ਵੇਖ ਰਹੇ ਹੋ ਮੇਰੀ ਜੇਬ ਵਿੱਚ, ਵੱਡਾ ਸਾਰਾ ਕਾਗਜ਼ ਹੈ, ਇਹਦੇ 'ਤੇ ਸਮਾਨ ਜਿਹੜਾ ਨਾ ਉਹ ਵੀ ਲਿਖਵਾ ਲਿਆ। ਸਾਡਾ ਜਿਹੜਾ ਰਾਸ਼ਨ ਅਸੀਂ ਲੈਣਾ ਹੈ ਮਿਲਾਦ ਵਾਸਤੇ ਨਾ, ਉਹ ਸਾਰਾ ਸਮਾਨ ਲਿਖਵਾ ਲਿਆ। ਕੁਛ ਚੀਜ਼ਾਂ ਨੇ ਜਿਹੜੀਆਂ ਹੁਣੇ ਜਾ ਕੇ ਲੈ ਲੈਂਦੇ ਹਾਂ, ਮਤਲਬ ਅੱਜ ਹੀ ਖਰੀਦ ਲਵਾਂਗੇ, ਔਰ ਕੁਛ ਚੀਜ਼ਾਂ ਜਿਹੜੀਆਂ ਐਨ ਉਹ ਫਿਰ ਐਨ ਟਾਈਮ 'ਤੇ ਆਉਣਗੀਆਂ, ਮਤਲਬ ਜਿਹੜੀਆਂ ਸਬਜ਼ੀ ਤੋਂ ਰਿਲੇਟਡ ਚੀਜ਼ਾਂ ਨੇ ਉਹ ਐਨ ਟਾਈਮ 'ਤੇ ਆਉਣਗੀਆਂ। ਗੋਸ਼ਤ 12 ਕਿਲੋ, ਚਾਵਲ 20 ਕਿਲੋ, ਦਾਲ ਮੱਖਣੀ 6 ਕਿਲੋ, ਕੜਾਹੀ ਮਸਾਲਾ 2 ਡੱਬੀਆਂ, ਕਾਲੀ ਮਿਰਚ 1.5 ਪਾਓ, ਦੜਾ ਮਿਰਚ 1.5 ਪਾਓ, ਨਮਕ 3 ਪੈਕਟ, ਧਨੀਆ ਖੁਸ਼ਕ ਸਾਬਤ 1.5 ਪਾਓ, ਹਲਦੀ 1.5 ਪਾਓ, ਘੀ 7 ਕਿਲੋ, ਚਨੇ ਸਫੈਦ 3 ਕਿਲੋ, ਔਰ 1.5 ਪਾਓ ਸਾਲਟ, ਅੱਧਾ ਕਿਲੋ ਅਚਾਰ, ਅੱਧਾ ਕਿਲੋ ਇਮਲੀ, 1.5 ਚਟਾਂਗ ਬਾਦੀਆਂ ਖਤਾਈ, 20 ਰੁਪਏ ਦਾ ਤੇਜ਼ ਪਾਤ, ਰੰਗ ਵਾਲੇ ਪੈਕਟ ਜਿਹੜੇ ਬਿਰਿਆਨੀ 'ਚ ਲੱਗਦੇ ਨੇ 3 ਹੈਗੇ ਨੇ, 1.5 ਪਾਓ ਆਲੂ ਬੁਖਾਰਾ, ਦਹੀਂ 4 ਕਿਲੋ, ਬਿਰਿਆਨੀ ਮਸਾਲਾ 2 ਡੱਬੀਆਂ, ਪਿਆਜ਼ 7 ਕਿਲੋ, ਟਮਾਟਰ 4 ਕਿਲੋ, ਅਦਰਕ 1.5 ਕਿਲੋ, ਹਰੀ ਮਿਰਚ 1 ਕਿਲੋ, ਲਸਣ 1.5 ਪਾਓ, ਲੈਮਨ 1.5 ਪਾਓ, ਧਨੀਆ ਸਬਜ਼ 50 ਰੁਪਏ ਦਾ। ਇਹ ਵਾਲਾ ਸਮਾਨ ਜਿਹੜਾ ਨਾ ਜੀ ਇਹ ਖਰੀਦਣਾ, ਜਿਹਦੇ ਵਿੱਚ ਪਿਆਜ਼, ਟਮਾਟਰ, ਅਦਰਕ ਵਗੈਰਾ ਜਿਹੜੀ ਹੈ ਇਹ ਤੋਂ ਉਸੇ ਦਿਨ ਲਵਾਂਗੇ, ਔਰ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਉਹ ਅਸੀਂ ਹੁਣੇ ਵੀ ਲਿਆ ਕੇ ਰੱਖ ਸਕਦੇ ਹਾਂ ਜਾਂ ਫਿਰ ਜਾ ਕੇ ਉਸੇ ਟਾਈਮ ਵੀ ਲੈ ਸਕਦੇ ਹਾਂ, ਮਤਲਬ ਇਹ ਆਪਣੀ ਮਰਜ਼ੀ ਹੈ। ਬਿਸਮਿਲ੍ਲਾਹ, 51 ਪੀਂਦੇ ਹੋ ਤਾਂ 100 ਬਿਸਮਿਲ੍ਲਾਹ ਮਿਲ ਕੇ ਪੀਂਦੇ ਹਾਂ ਜੀ, ਨਹੀਂ ਤਾਂ ਫਿਰ ਪੀ ਕੇ ਸ਼ਹਿਰ ਚੱਲਦੇ ਹਾਂ। ਅਲਹਮਦੁਲਿਲ੍ਲਾ ਜੀ, ਪਾਣੀ ਸਾਰੀ ਪੀ ਕੇ ਨਾ ਅਸੀਂ ਨਿਕਲ ਆਏ ਸੀ ਔਰ ਅਲਹਮਦੁਲਿਲ੍ਲਾ ਸ਼ਹਿਰ ਪਹੁੰਚ ਗਏ, ਔਰ ਸਭ ਤੋਂ ਪਹਿਲੇ ਕਰਨੇ ਆ ਜੀ ਆਪਣਾ ਪੈਸਾ ਵਾਲਾ ਕੰਮ, ਉਸ ਤੋਂ ਬਾਅਦ ਫਿਰ ਛੋਟੇ ਦੀ ਸ਼ੋਪਿੰਗ ਕਰਨੀ ਹੈ, ਫਿਰ ਉਹ ਥੋੜ੍ਹੀ ਜਿਹੀ ਸ਼ੋਪਿੰਗ ਕਰਕੇ ਨਾ ਵਾਪਸੀ ਨਿਕਲਣਾ, ਕੋਈ ਲੰਮਾ ਚੌੜਾ ਕੰਮ ਕੋਈ ਨਹੀਂ ਹੈ। ਅਲਹਮਦੁਲਿਲ੍ਲਾ ਜੀ, ਸ਼ਹਿਰ ਅਸੀਂ ਪਹੁੰਚ ਗਏ ਹਾਂ ਔਰ ਪੈਸੇ ਵੀ ਮੈਂ ਜਿਹੜੇ ਨਾਲ ਲੈ ਲੈਣੇ, ਲੇਕਿਨ ਬਾਕੀ ਤੁਹਾਨੂੰ ਘਰ ਜਾ ਕੇ ਦੱਸਣੇ ਕਿ ਕਿੰਨੇ ਲੈ ਨੇ, ਅਤੇ ਹੁਣ ਅਸੀਂ ਆ ਗਏ ਜੀ ਇਹ ਵਾਲੇ 2 ਡੱਬੇ ਲੈ ਨੇ ਇਹ ਨਾਨ ਨੂਨ ਵਾਸਤੇ, ਔਰ ਉਸ ਤੋਂ ਬਾਅਦ ਇੱਧਰੋਂ ਜਾਣਾ ਨਾ ਜੀ ਟੱਬ ਲੈਣ ਲੱਗੇ ਹਾਂ ਨਾਨ ਵਾਸਤੇ, ਨਹੀਂ ਥੋੜ੍ਹਾ ਜਿਹਾ ਵੱਡੇ ਸਾਈਜ਼ ਦਾ ਦੇ ਸਾਨੂੰ, ਉਰੇ ਆ ਨਾ ਸਾਈਜ਼ ਵੇਖ ਕੇ ਲੈਣੇ, ਇੱਥੇ ਸਾਈਜ਼ ਸਾਰੇ ਪੈਣ ਉਹਨਾਂ ਕੋਲ ਵੇਖ, ਇਹ ਸਹੀ ਹੈ ਟੱਬ, ਸਹੀ ਹੈ ਵਾਦਾ ਵੱਡਾ ਆਪਾਂ ਚਾਹੀਦਾ ਹੀ ਨਹੀਂ, ਕੁਆਲਿਟੀ ਬੇਸ ਚੀਜ਼ ਹੋਵੇ ਯਾਰ, ਇਹ ਨਾ ਹੋਵੇ ਕਿ ਇੱਕ ਦਿਨ ਥੋੜੀ ਜਿਹੀ ਧੁੱਪ ਲੱਗੇ ਤੇ ਦੂਸਰੇ ਦਿਨ, ਹਾਂ ਉਹ ਇੰਨਾ ਤਾਂ ਹੁੰਦਾ ਹੀ ਹੈ।
ਇੱਥੇ ਇੰਨਾ ਕਿ ਹੋ ਜਾਂਦਾ ਯਾਰ ਇਹ ਠੀਕ ਹੈ ਅਸੀਂ ਇਹਦੇ ਤੇ ਹੱਥ ਹੀ ਕੋਈ ਨਹੀਂ ਚੜਾਣਾ ਲੇਕਿਨ ਸਿਰਫ ਇਹ ਹੈ ਕਿ ਬਾਜ਼ੂ ਕਾ ਹੱਥ ਡਿੱਗੇ ਡੁੱਗੇ ਕੜਕ ਨਾ ਆਵੇ ਤੇਰੇ ਵਲੋਗ ਚ ਆਏਗਾ ਬੇਬੀ ਕਰੋ ਕਿਹੜਾ ਭਾਜੀ ਐ ਐ ਐ ਕਲਰ ਆਏ ਤੇ ਐ ਦੋ ਬਰਤ ਅੱਛਾ ਅੱਛਾ ਕਦੀ ਨਹੀਂ ਇਸਤੇਮਾਲ ਕੀਤੇ ਮੇਰੇ ਦੇ ਬੰਦੇ ਅੱਛਾ ਇਹ ਲਾ ਵੇਖੋ ਜੀ ਫਿਰ ਯੂਨੀਕ ਲੱਗਦਾ ਪਿਆ ਇਹ ਤਾਂ ਫਿਰ ਵੀ ਔਰੰਜ ਔਰੰਜ ਅਕਸਰ ਯੂਜ਼ ਹੁੰਦਾ ਤੇ ਇਹ ਨਾ ਖੱਟਾ ਨਾ ਰੱਤਾ ਸਾਵਾ ਜੀ ਕੱਪੜੇ ਲੈ ਲੈਣੇ ਜੀ ਹੈਦਰ ਦੀ ਜੁੱਤੀ ਰਹਿ ਗਈ ਆ ਉਹ ਵੀ ਲੈਣੀ ਅਗਲੀ ਦੁਕਾਨ ਤੇ ਚੱਲ ਕੇ ਲੈ ਲੈਣੇ ਇਹ ਦੋ ਡੱਬੇ ਵਿੱਚ ਰੱਖੋ ਚਲੋ ਜੀ ਇਹਨਾਂ ਦੇ ਬਿੱਲ ਬਣਵਾਓ ਫਾਇਦਾ ਬੇਟਾ ਸ਼ਾਪਰ ਫਟ ਜਾਏਗੇ ਇਹ ਖਾਣੇ ਵਾਲੀ ਚੀਜ਼ ਨਹੀਂ ਹੈ ਇਹ ਹੈ ਖਾਣੇ ਵਾਲੀ ਚੀਜ਼ ਇਹ ਦੋਨੋ ਲੈ ਜਾਓ ਆਪ ਇਹ ਲੈ ਜਾਓ ਆਪ ਔਰ ਇਧਰ ਜੀ ਇਹ ਵਾਲੇ ਤੀਨੋ ਸ਼ਾਪਰ ਉਤਾਰਨੇ ਇਹ ਵੀ ਪਕੜੋ ਇਧਰ ਆਓ ਇਹ ਵੀ ਲੈ ਲਓ ਔਰ ਇੱਕ ਇਹ ਸ਼ਾਪਰ ਇਹ ਵੀ ਲੈ ਲਓ ਹਾਂਜੀ ਕਿਆ ਕੀਆ ਲੈ ਬਈ ਵਾਹ ਬਈ ਵਾਹ ਹੈਦਰ ਟਾਪਿੰਗ ਦੇ ਵਾਸਤੇ ਲੈ ਕੇ ਆਇਆ ਵੀ ਇਹਦੇ ਵਿੱਚ ਜਵਾਨ ਜਿਹੜਾ ਇਹਨਾਂ ਨਾਤਾ ਕਰੇਗਾ ਜਿਵੇਂ ਹੁਣ ਬੈਠਾ ਹੋਇਆ ਹੈ ਹਾਂ ਉੱਧਰ ਚੈੱਕ ਕਰੋ ਤੇ ਕਿਹੜੀ ਮੌਜ ਨਾਲ ਬੈਠਾ ਹੋਇਆ ਇਹ ਤਾਂ ਸਹੀ ਹੈ ਜਿਸ ਬੰਦੇ ਕਿਸੇ ਕੰਮ ਸ਼ੰਮ ਕਰਨਾ ਇਹਦੇ ਵਿੱਚ ਲਿਆ ਕੇ ਬਿਠਾ ਦਿੱਤਾ ਤੇ ਆਪ ਨਾ ਵਿੱਚੋਂ ਬਾਹਰ ਨਿਕਲੇ ਨਾ ਲਾਣੀ ਨਾ ਦੇਣੀ ਹੈ ਹਾਂ ਵਿੱਚ ਇੱਕ ਨਾ ਗੱਦਾ ਜਿਹਾ ਰੱਖ ਦਿੱਤਾ ਨਾ ਪੋਲਾ ਜਿਹਾ ਲੈ ਵੀ ਬੈਠਾ ਰਹੇ ਉਧਰ ਵੇਖੋ ਜੀ ਮੌਜੀ ਬੈਠਾ ਹੋਇਆ ਅਲਹਮਦੁਲਿਲਾ ਜੀ ਸ਼ਹਿਰ ਵਿੱਚੋਂ ਅਸੀਂ ਵਾਪਸ ਆ ਚੁੱਕੇ ਹੋਏ ਹਾਂ ਔਰ 100 ਪਾਉਂਡ ਜਿਹੜਾ ਨਾ ਜੀ ਉਹ ਭਿਜਵਾਇਆ ਸੀ UK ਤੋਂ ਸਾਡੀ ਬਹੁਤ ਹੀ ਪਿਆਰੀ ਸਿਸਟਰ ਨੇ ਉਹ ਨਿਕਲਵਾ ਕੇ ਆਇਆ ਔਰ ਉਸ ਤੋਂ ਬਾਅਦ ਜੀ ਐਰਾ ਕਿ ਥੋੜ੍ਹਾ ਬਹੁਤ ਸਾਡਾ ਸ਼ੋਪਿੰਗ ਸੀ ਕਿਉਂਕਿ ਹਾਲੇ ਸਾਡੀ ਪੇ ਤਾਂ ਆਈ ਨਹੀਂ ਨਾ ਇਸ ਵਜ੍ਹਾ ਤੋਂ ਫਿਰ ਅਸੀਂ ਸ਼ੋਪਿੰਗ ਵਗੈਰਾ ਨਾ ਜ਼ਿਆਦਾ ਕੋਈ ਨਹੀਂ ਕੀਤੀ ਹੈ ਇੱਕ ਦੋ ਜਿਹੜੇ ਇਹਨਾਂ ਲੋਟੇ ਜਿਹੇ ਲੈਣ ਔਰ ਉਸ ਤੋਂ ਬਾਅਦ ਇੱਕ ਇਹ ਟੱਪ ਜਿਹੜਾ ਲੈਣਾ ਬਸ ਇਹ ਦੋ ਚੀਜ਼ਾਂ ਜਿਹੜੀਆਂ ਨਾ ਜੀ ਅਸੀਂ ਆਪਣੇ ਚੁੱਲ੍ਹੇ ਜਾਂਦੇ ਸ਼ੋਪਿੰਗ ਕੀਤੀ ਆ ਔਰ ਇੱਕ ਸੁਨੈਨ ਹੈਦਰ ਦਾ ਜਿਹੜਾ ਨਾ ਜੀ ਸੂਟ ਲਿਆ ਇਹ ਆ ਬੇਗਮ ਕੱਢ ਕੇ ਵਿਖਾਉਂਦੀ ਹੈ ਵੀ ਇਹ ਕਿਸ ਤਰ੍ਹਾਂ ਦਾ ਹਾਂਜੀ ਸੁਨੈਨ ਹੈਦਰ ਦੀ ਬਾਸੀ ਰਾਜ ਲਈਆਂ ਨੇ ਆ ਜੀ ਇੱਕ ਇਹਦੇ ਵਾਸਤੇ ਲਿਆ ਫੀਡਰ ਲੈ ਬਈ ਇਹ ਵੀ ਆਵਾਂ ਪਾੜ ਲਾ ਇਹ ਲੈ ਉਹ ਤਾਂ ਜਿਵੇਂ ਗੁੱਸੇ ਨਹੀਂ ਹੋਇਆ ਬੈਠਾ ਹੁੰਦਾ ਕੋਈ ਲੜਾਈ ਕਰਕੇ ਬੈਠਾ ਹੁੰਦਾ ਰੋਸਿਆ ਬੈਠਾ ਬੰਦਾ ਔਰ ਇੱਕ ਇਹ ਵਾਲਾ ਸੂਟ ਜਿਹੜਾ ਨਾ ਜੀ ਹੈਦਰ ਤੋਂ ਲੈ ਕੇ ਆਏ ਹਾਂ ਤੁਸੀਂ ਦੱਸਣਾ ਵਾ ਕਿ ਕਿਸ ਤਰ੍ਹਾਂ ਦਾ ਵਾ ਮਾਸ਼ਾਅੱਲਾ ਔਰ ਇਹਦਾ ਪਹਿਲਾ ਜਿਹੜਾ ਨਾ ਜੀ ਬਾਜ਼ਾਰੀ ਸ਼ੋਪਿੰਗ ਇਹਦੀ ਪਹਿਲੀ ਬਾਜ਼ਾਰੀ ਸ਼ੋਪਿੰਗ ਔਰ ਹਾਲੇ ਇਹਦੀ ਚੱਪਲ ਜਾਂ ਜੁੱਤੀ ਜਿਹੜੀ ਇਹਨਾਂ ਦੀ ਅਸੀਂ ਲੈਣਾ ਚਾਹ ਰਹੇ ਸੀ ਲੇਕਿਨ ਉਹ ਸਾਨੂੰ ਨਹੀਂ ਮਿਲੀ ਸਰਵਿਸ ਵਾਲਿਆਂ ਕੋਲ ਬਾਟਾ ਵਾਲਿਆਂ ਕੋਲ ਇਹਦਾ ਸਾਈਜ਼ ਨਹੀਂ ਮਿਲਿਆ ਔਰ ਅਗਰ ਸਾਈਜ਼ ਮਿਲਿਆ ਤਾਂ ਸਾਨੂੰ ਉਹ ਪਸੰਦ ਨਹੀਂ ਆਈ ਅਤੇ ਇਹ ਵਾਲਾ ਸੂਟ ਇੱਕ ਇਹਦਾ ਲੈ ਕੇ ਆਏ ਹਾਂ ਜੀ ਹੈ ਤਾਂ ਇਹਨੂੰ ਥੋੜ੍ਹਾ ਜਿਹਾ ਵੱਡਾ ਲੱਗਦਾ ਮੈਨੂੰ ਲੇਕਿਨ ਨਾ ਇਹ ਹੈ ਕਿ ਠੀਕ ਹੈ ਚੱਲ ਜਾਏਗਾ ਇਸ ਤੋਂ ਛੋਟਾ ਸਾਈਜ਼ ਅੱਡੂ ਛੋਟਾ ਹੋ ਜਾਂਦਾ ਸੀ ਔਰ ਉਹਦੇ ਵਿੱਚ ਐਡੀ ਕੁਆਲਿਟੀ ਵੀ ਨਹੀਂ ਸੀ ਆਇਆ ਉੱਥੇ ਪੈਰ ਜਿਹੜਾ ਨਾ ਉਹ ਬਾਹਰ ਹੀ ਰਹੇਗਾ ਪੈਰ ਦੇ ਅੰਦਰ ਨਹੀਂ ਜਾਂਦਾ ਮਤਲਬ ਪੈਰਾਂ ਦੇ ਅੰਦਰ ਨਹੀਂ ਵੜੇਗਾ ਹਾਂਜੀ ਬਸ ਜੀ ਇਹ ਇੰਨੀ ਜਿਹੜੀ ਇਹਨਾਂ ਦੀ ਸ਼ੋਪਿੰਗ ਕਰਕੇ ਆਏ ਹਾਂ
ਔਰ ਮੇਜਰ ਕੰਮ ਜਿਹੜਾ ਸੀ ਉਹ ਵੀ ਅਲਹਮਦੁਲਿਲਾ ਹੋ ਗਿਆ। ਇੱਕ ਫੈਮਿਲੀ ਸਾਡੀ ਨੇ ਹੋਰ ਸਾਡੇ ਨਾਲ ਜਿਹੜੀ ਇਹਨਾਂ ਪ੍ਰੋਮਿਸ ਕੀਤਾ ਉਹ ਅੱਜ ਸ਼ਾਇਦ ਹੋ ਸਕਦਾ ਸੈਂਡ ਕਰ ਦੇਣ ਸੁਬਹ ਜਾਂ ਪਰਸੋਂ ਜਾ ਕੇ, ਫਿਰ ਉਹ ਵੀ ਲੈ ਆਵਾਂਗੇ। ਔਰ ਹੋਰ ਵੀ ਕਿਸੇ ਮੇਰੇ ਬੈਂਡ ਬਾਈ ਨੇ ਅਗਰ ਸੈਂਡ ਕਰਨੇ ਨੇ, ਕਿਉਂਕਿ ਹਾਲੇ ਸਾਡੇ ਕੋਲ ਤਕਰੀਬਨ 5-6 ਦਿਨ ਜਿਹੜੇ ਇੰਨਾ ਉਹ ਬਾਕੀ ਨੇ। ਅੱਜ 23 ਤਰੀਕ ਗੁਜ਼ਰ ਗਈ ਆ, 5 ਦਿਨ ਬਾਕੀ ਨੇ, 28 ਤਰੀਕ ਨੂੰ ਸਾਡਾ ਮਿਲਾ ਦੇ। ਜਿੰਨੇ ਜਿੰਨੇ ਮੇਰੇ ਬੈਂਡ ਬਾਈ ਨੇ ਹਿੱਸਾ ਪਾਉਣਾ ਵਾ ਉਹ ਜਲਦੀ ਜਲਦੀ ਹਿੱਸਾ ਪਾ ਲਓ, ਟਾਈਮ ਜਿਹੜਾ ਨਾ ਉਹ ਬਹੁਤ ਸ਼ਾਰਟ ਹੈ। ਅਤੇ ਇਨਸ਼ਾਅੱਲਾ ਸੁਬਹਾ ਇੱਕ ਅੱਛੀ ਜੀ ਬਾਰੀ ਜੀ ਜਨੀਕ ਜੋਰ ਮਿੱਟੀ ਜੀ ਵਲੋਗ ਵਿੱਚ ਦੁਬਾਰਾ ਮਿਲਾਂਗੇ। ਸਬਦੁਰ ਹੁਸੈਨ ਅਰੋ ਦੀ ਪੂਰੀ ਫੈਮਿਲੀ ਤੋਂ ਇਜਾਜ਼ਤ, ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਦੁਆਵਾਂ ਯਾਦ ਰੱਖਣਾ। ਬੰਦਾ ਬਨ ਬਨ ਪਿਆਰ, ਅੱਲਾ ਹਾਫਿਜ਼।